ਫਾਗਣਾ ਦਾ ਪਰਵ ਕਰਵਾ ਚੌਥ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਹੈ। ਕਰਵਾ ਚੌਥ ਦੀ ਗੱਲ ਕੀਤੀ ਜਾਵੇ, ਪ੍ਰਥਾ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਸੁਹਾਗਣਾ ਤਾਰਿਆਂ ਦੀ ਛਾਂ ਵਿੱਚ ਸਰਗੀ ਖਾਂਦੀਆਂ ਨੇ, ਉਸ ਤੋਂ ਬਾਅਦ ਸਾਰੀ ਦਿਹਾੜੀ ਬਿਨਾਂ ਅੰਨ ਬਿਨਾਂ ਜਲ ਦੇ ਰਹਿੰਦੀਆਂ ਨੇ ਅਤੇ ਸ਼ਾਮ ਨੂੰ ਚੰਦਰਮਾ ਦੇ ਦਰਸ਼ਨ ਦੀਦਾਰ ਕਰਕੇ ਅਰਧ ਦੇ ਕੇ ਆਪਣਾ ਵਰਤ ਖੋਲਦੀਆਂ ਨੇ। ਅੰਮ੍ਰਿਤਸਰ ਸ਼ਹਿਰ ਦੀ ਗੱਲ ਕੀਤੀ ਜਾਵੇ ਤਾਂ 8:31 'ਤੇ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਚੰਦਰਮਾ ਦਾ ਨਿਕਲਣ ਦਾ, ਪਰ ਕੁਛ ਸਮਾਂ ਲੇਟ ਹੀ ਚੰਦਰਮਾ ਜਿਹੜਾ ਉਹ ਨਿਕਲਿਆ ਹੈ ਤਾਂ ਸੁਹਾਗਣਾ ਨੇ ਚੰਦਰਮਾ ਨੂੰ ਅਰਧ ਦੇ ਕੇ ਆਪਣਾ ਵਰਤ ਖੋਲ੍ਹਣ ਦੀ ਜਿਹੜੀ ਪ੍ਰਥਾ ਹੈ ਉਹ ਨਿਭਾਈ ਹੈ। ਔਰ ਇਸ ਪ੍ਰਥਾ ਦੀ ਗੱਲ ਕੀਤੀ ਜਾਵੇ ਤਾਂ ਕਾਫੀ ਸਦੀਆਂ ਤੋਂ ਇਹ ਪ੍ਰਥਾ ਚੱਲਦੀ ਆ ਰਹੀ ਹੈ। ਸੁਹਾਗਣਾ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਲਈ ਇਹ ਵਰਤ ਰੱਖਿਆ ਜਾਂਦਾ ਹੈ। ਕਰਵਾ ਚੌਥ ਤੇ ਵਰਤ ਦੀ ਗੱਲ ਕੀਤੀ ਜਾਵੇ ਤਾਂ ਚਿਰਾਦਿਕਾਲ ਤੋਂ ਇਹ ਪ੍ਰਥਾ ਜਿਹੜੀ ਹੈ ਉਹ ਪ੍ਰਚਲਿਤ ਆ। ਸੁਹਾਗਣਾ ਵੱਲੋਂ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਜਾਂਦੀ ਹੈ ਅਤੇ ਹਰ ਸੁਹਾਗਣ ਇਹ ਚਾਹੁੰਦੀ ਹੈ ਕਿ ਉਹ ਸਦਾ ਸੁਹਾਗਣ ਰਹੇ। ਤਾਂ ਇਸ ਦਿਨ ਦਾ ਕਾਫੀ ਖਾਸ ਮਹੱਤਵ ਹੈ ਇੱਕ ਸੁਹਾਗਣ ਦੀ ਜ਼ਿੰਦਗੀ ਲਈ ਔਰ ਆਪਣੇ ਪਤੀ ਦੀ ਲੰਮੀ ਉਮਰ ਦੀ ਕਾਮਨਾ ਲਈ। ਸੁਹਾਗਣਾ ਦਾ ਪਰਵ ਕਰਵਾ ਚੌਥ ਦਾ ਪਰਵ ਹੈ ਔਰ ਅੰਮ੍ਰਿਤਸਰ ਸ਼ਹਿਰ ਅੰਦਰ ਗੱਲ ਕੀਤੀ ਜਾਵੇ ਤਾਂ ਸਵੇਰ ਤੋਂ ਹੀ ਕਾਫੀ ਇਵੈਂਟ ਜਿਹੜੇ ਨੇ ਉਹ ਮਨਾਏ ਗਏ ਸੀ, ਜਿਸ ਵਿੱਚ ਬੜੀ ਵੱਡੀ ਗਿਣਤੀ ਵਿੱਚ ਸੁਹਾਗਣਾ ਨੇ ਹਿੱਸਾ ਲਿਆ ਸੀ ਔਰ ਚੰਦਰਮਾ ਦੀ ਉਡੀਕ ਸੀ ਉਹ ਉਡੀਕ ਹੁਣ ਖਤਮ ਹੋ ਚੁੱਕੀ ਹੈ ਅਤੇ ਸੁਹਾਗਣਾ ਵੱਲੋਂ ਚੰਦਰਮਾ ਨੂੰ ਅਰਧ ਦੇ ਕੇ ਆਪਣਾ ਵਰਤ ਖੋਲ੍ਹਿਆ ਜਾ ਰਿਹਾ ਹੈ। ਇਸ ਪਰੰਪਰਾ ਦੀ ਗੱਲ ਕੀਤੀ ਜਾਵੇ ਤਾਂ ਸਦੀਆਂ ਪੁਰਾਣੀ ਪਰੰਪਰਾ ਚੱਲੀ ਆ ਰਹੀ ਹੈ, ਸੁਹਾਗਣਾ ਵੱਲੋਂ ਆਪਣੇ ਸੁਹਾਗ ਦੀ ਲੰਮੀ ਉਮਰ ਦੀ ਇਹ ਪਰੰਪਰਾ ਹੈ ਔਰ ਇਹ ਪਰੰਪਰਾ ਚਿਰ ਆਦਿਕਾਲ ਤੱਕ ਜਾਰੀ ਰਹੇਗੀ ਕਿਉਂਕਿ ਪਰੰਪਰਾਵਾਂ ਕਦੇ ਨਹੀਂ ਬਦਲਦੀਆਂ। ਕੈਮਰਾ ਪਰਸਨ ਮੁਕੇਸ਼ ਬਾਵਾਨਾ, ਸਿਕੰਦਰ ਪੱਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।